ਫਾਜ਼ਿਲਕਾ ਜ਼ਿਲ੍ਹਾ ਦੇ ਰਹਿਣ ਵਾਲੇ ਗੌਰਵ ਕੰਬੋਜ ਇੱਕ ਦਿਨ ਲਈ ਫਾਜ਼ਿਲਕਾ ਦੇ ਐਸਐਸਪੀ ਬਣੇ। ਅਸਲ ਵਿੱਚ ਗੌਰਵ ਕੰਬੋਜ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਹੈ, ਜਿਸ ਨੂੰ ਦੇਖ ਕੇ ਫਾਜ਼ਿਲਕਾ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਇਸ ਬੱਚੇ ਨੂੰ ਐਸਐਸਪੀ ਬਣਨ ਦਾ ਮੌਕਾ ਦਿੱਤਾ। ਗੱਲਬਾਤ ਦੌਰਾਨ ਐਸਐਸਪੀ ਫਾਜ਼ਿਲਕਾ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਗੌਰਵ ਨਾਮ ਦਾ ਇਹ ਬੱਚਾ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਬੜੇ ਹੀ ਬਹਾਦਰੀ ਦੇ ਨਾਲ ਇਸ ਬਿਮਾਰੀ ਨਾਲ ਲੜ ਰਿਹਾ ਹੈ ਅਤੇ ਉਸ ਦੀ ਬਚਪਨ ਤੋਂ ਹੀ ਇੱਛਾ ਸੀ ਕਿ ਉਹ IPS ਬਣਨਾ ਚਾਹੁੰਦਾ ਹੈ ਅਤੇ ਗੌਰਵ ਦੇ ਪਿਤਾ ਅਸ਼ੋਕ ਵੱਲੋਂ ਇੱਕ ਸੰਸਥਾ ਚਲਾਈ ਜਾ ਰਹੀ ਹੈ ਜਿਸ ਵਿੱਚ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੇ ਇਲਾਜ ਵਿੱਚ ਮਦਦ ਕੀਤੀ ਜਾਂਦੀ ਹੈ। ਤਾਂ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਉਹਨਾਂ ਨੇ ਗੌਰਵ ਦੀ ਇਸ ਖੁਆਹਿਸ਼ ਨੂੰ ਪੂਰਾ ਕਰਨ ਦੇ ਲਈ ਅੱਜ ਉਸ ਨੂੰ ਇੱਕ ਦਿਨ ਦੇ ਲਈ ਫਾਜ਼ਿਲਕਾ ਦਾ SSP ਬਣਾਇਆ। ਸਭ ਤੋਂ ਪਹਿਲਾਂ ਗੌਰਵ ਨੇ SSP ਆਫਿਸ ਪਹੁੰਚ ਕੇ ਸਲਾਮੀ ਲਈ, ਉਸ ਤੋਂ ਬਾਅਦ ਪੁਲਿਸ ਲਾਈਨ ਦੇ ਵਿੱਚ ਇੰਸਪੈਕਟਰ ਕੀਤੀ, ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਨਾਲ ਹੀ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕੀਤੇ। SSP ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੋ ਆਦੇਸ਼ ਗੌਰਵ ਕੰਬੋਜ ਦੇ ਵੱਲੋਂ ਅੱਜ ਜਾਰੀ ਕੀਤੇ ਗਏ ਹਨ ਉਹ ਇਨ ਬਿਨ ਲਾਗੂ ਕੀਤੇ ਜਾਣਗੇ। ਗੌਰਵ ਕੰਬੋਜ ਸਰ, ਕੈਸਾ ਲੱਗ ਰਿਹਾ ਜੀ ਆਪਕੋ ਅੱਜ? ਬਹੁਤ ਅੱਛਾ। ਮੇਰਾ ਸੁਪਨਾ ਥਾ IPS ਬਣਨੇ ਕਾ, ਅੱਜ ਮੈਂ IPS ਬਣ ਗਿਆ। ਕਿੱਦਾਂ ਤੁਹਾਨੂੰ ਲੱਗਿਆ ਗਾ ਇਸ ਪਾਸੇ ਜਾਣਾ ਗਾ? ਮੈਨੂੰ ਥੈਲੇਸੀਮੀਆ ਦੀ ਪ੍ਰੋਬਲਮ ਹੈ, ਮੈਨੂੰ ਹਰ 10 ਦਿਨ ਬਾਅਦ ਬਲੱਡ ਲੱਗਦਾ ਹੈ। ਬਲੱਡ ਲੱਗਣ ਦੇ ਨਾਲ ਮੈਨੂੰ ਕਈ ਵਾਰ ਕਮਜ਼ੋਰੀ ਕੋਈ ਤਰ੍ਹਾਂ ਦੀ ਨਹੀਂ ਆਉਂਦੀ ਅਤੇ SSP ਸਾਹਿਬ ਭੁਪਿੰਦਰ ਸਿੰਘ ਜੀ ਨੂੰ ਪਤਾ ਲੱਗਿਆ ਕਿ ਥੈਲੇਸੀਮੀਆ ਬੱਚੇ ਇੱਥੇ ਫਾਜ਼ਿਲਕਾ ਦੇ 33 ਤੋਂ 34 ਬੱਚੇ ਹਨ ਜਿਨ੍ਹਾਂ ਨੂੰ ਇੱਕ SSP ਬਣਾਇਆ ਜਾ ਸਕੇ ਇੱਕ ਦਿਨ ਲਈ। ਕੀ ਮਹਿਸੂਸ ਕਰਦੇ ਹੋ ਤੁਸੀਂ ਅੱਜ? ਤੁਸੀਂ ਐਡੀ ਵੱਡੀ ਚੇਅਰ ਪੂਰਾ ਜ਼ਿਲ੍ਹਾ ਸੰਭਾਲਿਆ, ਤਾਂ ਕੀ ਲੱਗਦਾ ਤੁਹਾਨੂੰ? ਇੱਕ ਸ਼੍ਰੀ ਰਾਮ ਸੇਵਾ ਕਿਰਪਾ ਸੰਘ ਕਮੇਟੀ ਵਾਲੇ ਸਾਡੀ ਬਹੁਤ ਹੈਲਪ ਕਰਦੇ ਹਨ ਥੈਲੇਸੀਮੀਆ ਬੱਚਿਆਂ ਲਈ। ਉਹਨਾਂ ਨੇ ਫਾਜ਼ਿਲਕਾ ਦੇ ਵਿੱਚ ਬਲੱਡ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ। ਜਿਸ ਟਾਈਮ ਬਲੱਡ ਲੱਗਦਾ ਹੈ ਬੱਚੇ ਨੂੰ, ਉਸ ਟਾਈਮ ਬੱਚਿਆਂ ਨੂੰ ਬਲੱਡ ਉਸੇ ਤਰ੍ਹਾਂ ਹੀ ਮਿਲਦਾ ਹੈ, ਕੋਈ ਮੁਸ਼ਕਲ ਨਹੀਂ ਆਉਂਦੀ। ਬਸ ਥੋੜ੍ਹੇ ਦਿਨਾਂ ਤੱਕ ਸੋਚਿਆ ਸੀ, ਮੇਰਾ ਸੁਪਨਾ ਸੀ IPS ਬਣਨ ਦਾ। ਅੱਜ ਪੂਰਾ ਹੋ ਗਿਆ? ਹਾਂਜੀ ਅੱਜ ਪੂਰਾ ਹੋ ਗਿਆ ਤੁਹਾਡਾ? ਹਾਂਜੀ ਹੋ ਗਿਆ ਜੀ। ਬਹੁਤ ਅੱਛਾ ਲੱਗ ਰਿਹਾ ਜੀ। ਛੋਟੇ ਹੁੰਦੇ ਤੋਂ ਬੱਚੇ ਦੀ ਖੁਆਇਸ਼ ਸੀ ਕਿ ਮੈਂ ਪੁਲਿਸ ਅਫਸਰ ਬਣਨਾ ਚਾਹੁੰਦਾ। ਅੱਜ ਉਹ ਜਿਹੜੀ ਹੈਗੀ ਬੱਚੇ ਦੀ ਮਤਲਬ ਖੁਆਇਸ਼ ਪੂਰੀ ਹੋ ਗਈ ਹੈ। ਸੁਖਵਿੰਦਰ ਜੀ ਤੁਹਾਡੇ ਪ੍ਰੈਸ ਰਿਪੋਰਟ ਨੇ, ਉਹਨਾਂ ਨੇ ਸਾਨੂੰ ਮਤਲਬ ਗਾਈਡ ਕੀਤਾ, ਫਿਰ SSP ਸਾਹਿਬ ਨਾਲ ਉਹਨਾਂ ਨੇ ਮੀਟਿੰਗ ਕਰਵਾਈ ਸਾਡੀ, ਅਤੇ ਅਸੀਂ ਬਹੁਤ ਧੰਨਵਾਦੀ ਹਾਂ SSP ਸਾਹਿਬ ਫਾਜ਼ਿਲਕਾ ਦੇ, ਜਿਨ੍ਹਾਂ ਨੇ ਬੱਚੇ ਨੂੰ ਇੱਕ ਥੈਲੇਸੀਮੀਆ ਦੀ ਪ੍ਰੋਬਲਮ ਹੋਣ ਦੇ ਨਾਤੇ ਮਤਲਬ ਬੱਚੇ ਨੂੰ ਇੰਨਾ ਮਾਣ ਬਖਸ਼ਿਆ। ਇੱਦਾਂ ਮਹਿਸੂਸ ਹੋ ਰਿਹਾ ਕਿ ਅੱਜ ਸਾਡਾ ਬੱਚਾ ਬਿਲਕੁਲ ਠੀਕ। ਅੱਜ SSP ਦੇ ਫਾਦਰ ਜੀ ਤੁਸੀਂ, ਅਤੇ ਕਿਸ ਤਰ੍ਹਾਂ ਮਹਿਸੂਸ ਕਰ? ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ। ਇਹਦਾ ਸੁਪਨਾ ਸੀਗਾ ਕਿ ਮੈਂ IPS ਅਫਸਰ ਬਣਾਂਗਾ, ਉਹਦਾ ਸੁਪਨਾ ਪੂਰਾ ਹੋ ਗਿਆ। ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਗੌਰਵ ਬਹੁਤ ਹੀ ਬਹਾਦਰ ਬੱਚਾ, ਇਹਨੇ ਅਜਿਹੀ ਜਿਹੜੀ ਥੈਲੇਸੀਮੀਆ ਵਰਗੀ ਬਿਮਾਰੀ ਨਾਲ ਇਹ ਬਹੁਤ ਹੀ ਬਹਾਦਰੀ ਦੇ ਨਾਲ ਲੜ ਰਿਹਾ, ਅਤੇ ਇਹਨਾਂ ਦੇ ਇੰਨਾ ਹੀ ਨਹੀਂ, ਇਹਨਾਂ ਦੇ ਫਾਦਰ ਸਾਹਿਬ ਜਿਹੜੇ ਅਸ਼ੋਕ ਕੁਮਾਰ ਜੀ, ਉਹਨਾਂ ਨੇ ਜਿਹੜੀ ਸੰਸਥਾ ਬਣਾਈ ਹੋਈ ਹੈ ਜਿਸ ਦੇ ਨਾਲ ਥੈਲੇਸੀਮੀਆ ਦੇ, ਜਿਵੇਂ ਇਹਨਾਂ ਨੇ ਦੱਸਿਆ, ਕਾਫੀ ਬੱਚਿਆਂ ਨੂੰ ਉਹ ਇੱਥੇ ਜਿਹੜੀ ਸਪੋਰਟ ਕਰ ਰਹੇ ਆ ਬਲੱਡ ਦੇ ਵਿੱਚ, ਅਤੇ ਉਹਨਾਂ ਦੀਆਂ ਹੋਰ ਜਿਹੜੀਆਂ ਮੈਡੀਕਲ ਐਮਰਜੈਂਸੀਜ਼ ਉਹਨਾਂ ਨੂੰ ਪੈਂਦੀਆਂ, ਉਸ ਦੀ ਜਿਹੜੀ ਬਲੱਡ ਦੀ ਲੋੜ ਪੈਂਦੀ ਹੈ, ਉਹਦੇ ਵਿੱਚ ਬਹੁਤ ਸਪੋਰਟ ਕਰ ਰਹੇ ਆ ਇਹ, ਅਤੇ ਇਹਨਾਂ ਦੀ ਮੈਂ ਇਸ ਗੱਲ 'ਤੇ ਮੈਂ ਬਹੁਤ ਇਹਨਾਂ ਦਾ ਧੰਨਵਾਦੀ ਹਾਂ ਅਤੇ ਸ਼ਲਾਘਾ ਕਰਦਾ। ਸੈਕੰਡਲੀ, ਜਦੋਂ ਮੈਨੂੰ ਸੁਖਵਿੰਦਰ ਜੀ ਮਿਲੇ ਅਤੇ ਉਹਨਾਂ ਨੇ ਦੱਸਿਆ ਵੀ ਇੱਕ ਬੱਚਾ ਹੈ, ਇਸਦੀ ਇਹ ਇੱਕ ਇੱਛਾ ਵੀ SSP ਬਣਨਾ ਇੱਕ ਦਿਨ ਵਾਸਤੇ, ਅਤੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਜੇ ਮੈਂ ਇਹ ਇੰਨਾ, ਇਹਨਾਂ ਦੇ ਪੇਰੈਂਟਸ ਅਤੇ ਇਹ ਸਾਰੇ ਜਾਣੇ ਜਿਹੜੇ ਰਲ ਕੇ ਸਮਾਜ ਵਾਸਤੇ ਇੰਨੇ ਕੰਮ ਕਰ ਰਹੇ ਆ, ਅਤੇ ਇਹ ਤਾਂ ਇੱਕ ਬਹੁਤ ਹੀ ਛੋਟਾ ਜਿਹਾ ਕੰਮ ਹੈ ਜੋ ਮੈਂ ਇਹਨਾਂ ਵਾਸਤੇ ਕਰ ਸਕਦਾ, ਅਤੇ ਨਾਲੇ ਜਿਹੜਾ ਇਹਨਾਂ ਨੇ ਹੁਣ SSP ਸਾਹਿਬ ਨੇ ਅੱਜ ਵਾਲੇ ਨੇ ਇੱਕ ਇੰਨੀ ਵਧੀਆ ਅਤੇ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਹੈ ਜਿਹੜੀ ਡਰੱਗਸ ਦੇ, ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਡਰੱਗਸ ਸੰਬੰਧੀ, ਅਤੇ ਮੈਂ ਵੀ ਉਹੀ ਦੁਹਰਾਉਣਾ ਚਾਹੂੰਗਾ ਵੀ ਇਹ ਸਭ ਦੇ ਆਪਣੇ ਮਨ ਦੇ ਵਿੱਚ ਹੈ, ਅਤੇ ਅੱਜ ਦੇ SSP ਸਾਹਿਬ ਦੇ ਵੀ ਮਨ ਦੇ ਵਿੱਚ ਹੈ।